जीवन की जान को मेरे अल्लाह ने मेरा हर वादा सफल अता करना चाहिए। दुनियादार का भी उसूल है, दुनिया का भी कायदा निजाम होता है। जब कोई किसी वास्ते काम चंगा करे ओदे वास्ते तकलीफा उठावे, फिर जो मौका आता है जिस वास्ते तकलीफा उठाइया होंदिया ने, जिस वास्ते मार खादिया होंदिया ने, जेदे वास्ते वड्डे वड्डे काम कीते होंदे ने, ਉਹ ਬੰਦਾ ਸੁਖਰੋਂ ਖੁਸ਼ ਹੋ ਕੇ ਉਸਨੂੰ ਇਸਤਾ ਨਵਾਜ਼ਦਾ ਹੈ, ਉਸਨੂੰ ਇਨਾਮ ਵੀ ਦਿੰਦਾ ਹੈ, ਉਸਨੂੰ ਬੜੀਆਂ ਜਿਹੜੀਆਂ ਇੱਜ਼ਤਾਂ ਦੇ ਨਾਲ ਨਵਾਜ਼ਦਾ ਹੈ, ਤੋਹਫੇ ਤਾਇਫ ਵੀ ਅਦਾ ਕਰਦਾ ਹੈ, ਬਲਕਿ ਖੁਸ਼ ਹੋ ਕੇ ਉਸਨੂੰ ਸੈਰ ਸਿਆਹਤ ਵੀ ਕਰਾਉਂਦਾ ਹੈ। ਕੁਰਬਾਨ ਜਾਈਏ ਕਮਲੀ ਵਾਲੇ ਸੱਲੱਲਾਹੁ ਅਲੈਹਿ ਵਸੱਲਮ ਦੀ ਇਸਮਤ ਤੋਂ, ਮੇਰੇ ਰੱਬ ਦੀ ਜ਼ਾਤ ਦੀ ਖਾਤਰ ਮੇਰੇ ਪੈਗੰਬਰ ਨੇ ਤਾਇਫ ਦੇ ਮੈਦਾਨਾਂ ਦੇ ਅੰਦਰ ਪੱਥਰ ਖਾਦੇ, ਮੇਰੇ ਪੈਗੰਬਰ ਨੇ ਅਬੂ ਲਹਬ ਦੇ ਪੱਥਰ ਵੀ ਬਰਦਾਸ਼ਤ ਕੀਤੇ, ਮੇਰੇ ਪੈਗੰਬਰ ਨੇ ਹਰਮ ਦੀ ਸਰਜ਼ਮੀਨ ਤੇ ਅਬੂ ਜਹਲ ਦੇ ਤਾਨੇ ਵੀ ਬਰਦਾਸ਼ਤ ਕੀਤੇ ਨੇ, ਲੋਕਾਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਵੀ ਬਰਦਾਸ਼ਤ ਕੀਤੀਆਂ ਨੇ। ਜਦੋਂ ਰੱਬ ਨੇ ਵੇਖਿਆ ਕਿ ਮੇਰੇ ਸੋਹਣੇ ਪੈਗੰਬਰ ਨੇ ਮੇਰੇ ਵਾਸਤੇ ਬੜੀਆਂ ਮਾਰਾਂ ਖਾ ਲਈਆਂ ਨੇ, ਆਪਣੇ ਆਪ ਨੂੰ ਸ਼ਰਮੀ ਤੇ ਜ਼ਖਮੀ ਵੀ ਕਰਵਾ ਰਿਹਾ ਹੈ, ਮੇਰੇ ਮਹਬੂਬ ਦਾ ਦਿਲ ਜ਼ਖਮੀ ਹੋ ਗਿਆ ਹੈ, ਔਰ ਮੇਰੇ ਪੈਗੰਬਰ ਦੀ ਰਫੀਕਾ ਹਯਾਤ ਸੈਯਦਾ ਉਮਰ ਮੁਮਿਨੀਨ ਹਜ਼ਰਤ ਖਦੀਜਾ ਰਜ਼ੀ ਅੱਲਾਹੁ ਤਾਲਾ ਅਨਹਾ ਵੀ ਦੁਨੀਆ ਤੋਂ ਟੁਰ ਗਈਆਂ ਨੇ। ਮੇਰੇ ਆਕਾ ਅਲੈਹਿ ਸਲਾਤੁ ਵਸਸਲਾਮ ਦੇ ਸਿਰ ਦਾ ਸਾਇਆ ਦੁਨੀਆ ਵੀ ਸਹਾਰਾ, ਅਬੂ ਤਾਲਿਬ ਵੀ ਦੁਨੀਆ ਤੋਂ ਪਰਦਾ ਕਰ ਗਿਆ ਹੈ। ਅੱਲਾਹ ਕਰੀਮ ਨੇ ਆਪਣੇ ਸੋਹਣੇ ਪੈਗੰਬਰ ਦੀ ਸੈਰ ਉਹ ਸਿਆਹ ਦੇ ਇੰਤਜ਼ਾਮ ਕਰਵਾਇਆ, ਤੇਰੀ ਮੇਰੀ ਸਹਿਰ ਜੀ ਜਵਤਨੀ ਤੱਕ ਮਰੀ ਦੇ ਅੰਦਰ ਜਾਏਗੀ, ਕਿਸੇ ਹੋਰ ਜਗ੍ਹਾ ਤੇ ਸਹਿਰ ਜਾ ਕੇ ਖਤਮ ਹੋ ਜਾਏਗੀ, ਲੇਕਿਨ ਜ਼ਮੀਨ ਤੋਂ ਬੁਲੰਦ ਤੇਰੀ ਮੇਰੀ ਸਹਿਰ ਨਹੀਂ ਹੁੰਦੀ। ਜ਼ਮੀਨ ਦੇ ਅੰਦਰ ਦੁਨੀਆ ਜਹਾਨ ਦੇ ਅੰਦਰ ਰਹਿੰਦੀ ਹੈ, ਇਸੇ ਦੁਨੀਆ ਦੇ ਫਿਜ਼ਾ ਦੇ ਅੰਦਰ ਤੇਰੀ ਮੇਰੀ ਸਹਿਰ ਖਤਮ ਹੋ ਜਾਂਦੀ ਹੈ। ਅੱਲਾਹ ਤੇਰੀ ਸ਼ਾਨਾਂ ਤੇ ਕੁਰਬਾਨ ਜਾਈਏ, ਜਦੋਂ ਤੂੰ ਆਪਣੇ ਸੋਹਣੇ ਮਹਬੂਬ ਨੂੰ ਸੈਰ ਕਰਾਉਣ ਦਾ ਇੰਤਜ਼ਾਮ ਕੀਤਾ, ਕਿਸੇ ਦੁਨੀਆ ਦੀ ਜ਼ਮੀਨ ਦਾ ਇੰਤਖਾਬ ਨਹੀਂ ਫਰਮਾਇਆ, ਬਲਕਿ ਮੇਰੇ ਅੱਲਾਹ ਦੇ ਅਰਸ਼ੇ ਮੁਹੱਲਾ ਦੇ ਸੋਹਣੇ ਨੂੰ ਬੁਲਾ ਕੇ ਸੈਰਾਂ ਕਰਵਾਈਆਂ ਨੇ। ਮੇਰੇ ਰੱਬ ਤੋਂ ਜ਼ਿਆਦਾ ਫੈਰ ਵਾਲਾ ਕੋਈ ਨਹੀਂ ਤੇ ਮੇਰੇ ਸੋਹਣੇ ਤੋਂ ਜ਼ਿਆਦਾ ਸੈਰ ਕਰਨ ਵਾਲਾ ਕੋਈ ਨਹੀਂ। ਅੱਲਾਹੁ ਅਕਬਰ ਕਬੀਰਾ। ਇਮਾਮ ਅਲ-ਅੰਬੀਆ ਸੱਲੱਲਾਹੁ ਅਲੈਹਿ ਵਸੱਲਮ ਨੂੰ ਹਜ਼ਰਤ ਇਬਰਾਹੀਮ ਅਲੈਹਿ ਸਲਾਤੁ ਵਸਸਲਾਮ ਨੇ ਸਵਾਰੀ ਤੇ ਬਿਠਾਇਆ, ਪੁਰਾਤਨਾ ਵੀ ਸਵਾਰੀ ਤੇ ਜਦੋਂ ਸਵਾਰ ਹੋਏ, ਸਵਾਰੀ ਚਲਦੀ ਗਈ ਚਲਦੀ ਗਈ। ਉਲਾਮਾ ਇਕਰਾਮ ਲਿਖਦੇ ਨੇ ਉਸ ਸਵਾਰੀ ਦਾ ਇੱਕ ਕਦਮ ਉੱਤੇ ਜਾ ਕੇ ਪੈਂਦਾ ਸੀ ਜਿੱਥੇ ਮੇਰੇ ਆਕਾ ਅਲੈਹਿ ਸਲਾਤੁ ਵਸਸਲਾਮ ਦੀ ਨਿਗਾਹ ਖਤਮ ਹੁੰਦੀ ਸੀ, ਪਹਿਲਾ ਕਦਮ ਉੱਤੇ ਪੈਂਦਾ। ਇਹ ਸਫ਼ਰ ਆਪਣੀ ਤੇਜ਼ੀ ਦੇ ਨਾਲ ਰਵਾਨ ਦਵਾ ਹੈ। ਮੇਰੇ ਆਕਾ ਅਲੈਹਿ ਸਲਾਤੁ ਵਸਸਲਾਮ ਸਫ਼ਰ ਤੇ ਜਾ ਰਹੇ ਨੇ, ਇੱਕ ਜਗ੍ਹਾ ਨੂੰ ਵੇਖਿਆ, ਜ਼ਿਆਦਾ ਸਾਰੀਆਂ ਖਜੂਰਾਂ ਨਜ਼ਰ ਆ ਰਹੀਆਂ ਨੇ। ਹਜ਼ਰਤ ਜਿਬਰੀਲ ਅਲੈਹਿ ਸਲਾਤੁ ਵਸਸਲਾਮ ਨੇ ਫਰਮਾਇਆ, ਕਮਲੀ ਵਾਲੇ ਇੱਥੇ ਉਤਰ ਜਾਓ, ਇੱਥੇ ਉਤਰ ਕੇ ਦੋ ਰਕਤ ਨਫ਼ਲ ਅਦਾ ਕਰ ਲਓ। ਆਕਾ ਅਲੈਹਿ ਸਲਾਤੁ ਵਸਸਲਾਮ ਉਤਰੇ, ਦੋ ਰਕਤ ਨਫ਼ਲ ਅਦਾ ਫਰਮਾਏ, ਔਰ ਉਸ ਤੋਂ ਬਾਅਦ ਅੱਗੇ ਚੱਲਣ ਲੱਗੇ ਤੇ ਪੁੱਛਿਆ, ਜਿਬਰੀਲ ਨੇ ਕਿਹੜੀ ਜਗ੍ਹਾ ਸੀ ਜਿੱਥੇ ਦੋ ਨਫ਼ਲ ਅਦਾ ਕਰਵਾਏ ਨੇ? ਹਜ਼ਰਤ ਜਿਬਰਾਈਲ ਅਲੈਹਿ ਸਲਾਤੁ ਵਸਸਲਾਮ ਕਹਿੰਦੇ ਨੇ, ਯਾ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ, ਇਹ ਕੋਈ ਆਮ ਜਗ੍ਹਾ ਨਹੀਂ, ਐਸੀ ਵੈਸੀ ਜਗ੍ਹਾ ਨਹੀਂ, ਬਲਕਿ ਇਸ ਨੂੰ ਮਦੀਨਾ ਤੈਯਬਾ ਕਿਹਾ ਜਾਂਦਾ ਹੈ। ਰੱਬ ਨੇ ਤੁਹਾਨੂੰ ਇੱਥੇ ਸਫ਼ਰ ਕਰਾਉਣਾ ਹੈ, ਹਿਜਰਤ ਦਾ ਸਫ਼ਰ ਕਰਾਉਣਾ ਹੈ, ਔਰ ਰੱਬ ਨੇ ਤੁਹਾਨੂੰ ਇੱਥੇ ਲਿਆ ਕੇ ਤੁਹਾਡੇ ਡੇਰੇ ਲਵਾਉਣੇ ਨੇ। ਅੱਲਾਹੁ ਅਕਬਰ ਕਬੀਰਾ। ਥੋੜ੍ਹੇ ਅੱਗੇ ਚੱਲ ਕੇ ਗਏ, ਮੇਰੇ ਆਕਾ ਅਲੈਹਿ ਸਲਾਤੁ ਵਸਸਲਾਮ ਨੂੰ ਜਿਬਰੀਲ ਨੇ ਆਖਿਆ, ਜਿਬਰੀਲ ਅਲੈਹਿ ਸਲਾਤੁ ਵਸਸਲਾਮ ਅਰਜ਼ ਕਰਦੇ ਨੇ, ਯਾ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ, ਇਹ ਜਿਹੜੀ ਸਫੈਦ ਜ਼ਮੀਨ ਤੁਹਾਨੂੰ ਨਜ਼ਰ ਆ ਰਹੀ ਹੈ, ਇੱਥੇ ਵੀ ਉਤਰ ਕੇ ਦੋ ਰਕਤ ਨਫ਼ਲ ਅਦਾ ਕਰ ਲਓ। ਮੇਰੇ ਆਕਾ ਨੇ ਦੋ ਰਕਤ ਨਫ਼ਲ ਅਦਾ ਫਰਮਾਏ। ਹਜ਼ਰਤ ਜਿਬਰੀਲ ਕੋਲੋਂ ਪੁੱਛਿਆ, ਇਹ ਕਿਹੜੀ ਜਗ੍ਹਾ ਜਿੱਥੇ ਦੋ ਨਫ਼ਲ ਅਦਾ ਕੀਤੇ ਨੇ? ਮੇਰੇ ਆਕਾ ਅਲੈਹਿ ਸਲਾਤੁ ਵਸਸਲਾਮ ਯਾ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ, ਇਹ ਮਦੀਨ ਵਾਲੀ ਜਗ੍ਹਾ ਹੈ ਜਿੱਥੇ ਅੱਲਾਹ ਦੇ ਪੈਗੰਬਰ ਸ਼ੁਐਬ ਅਲੈਹਿ ਸਲਾਮ ਆਏ ਸਨ। ਅੱਲਾਹੁ ਅਕਬਰ ਕਬੀਰਾ। ਥੋੜੇ ਅੱਗੇ ਚੱਲਦੇ ਗਏ, ਫਿਰ ਜਿਬਰੀਲ ਨੇ ਆਖਿਆ, ਦੋ ਰਕਤ ਨਫ਼ਲ ਅਦਾ ਕਰ ਲਓ। ਮੇਰੇ ਪੈਗੰਬਰ ਨੇ ਦੋ ਰਕਤ ਨਫ਼ਲ ਅਦਾ ਫਰਮਾਏ, ਇਹ ਕਿਹੜੀ ਜਗ੍ਹਾ ਹੈ? ਹਜ਼ਰਤ ਜਿਬਰੀਲ ਨੇ ਦੱਸਿਆ, ਇਹਨੂੰ ਬੈਤੁਲ ਲਾਹਮ ਕਹਿੰਦੇ ਨੇ, ਜਿੱਥੇ ਹਜ਼ਰਤ ਈਸਾ ਅਲੈਹਿ ਸਲਾਤੁ ਵਸਸਲਾਮ ਦੀ ਪੈਦਾਇਸ਼ ਹੋਈ। ਅੱਲਾਹੁ ਅਕਬਰ। ਗਰਜ਼ ਹੈ ਕਿ ਮੇਰੇ ਆਕਾ ਅਲੈਹਿ ਸਲਾਤੁ ਵਸਸਲਾਮ ਨੇ ਇਸ ਸਫ਼ਰੇ ਮੇਰਾਜ ਦੇ
अंदर बढ़िया सारिया चीजा देखिया ने चाहते तस्करा मैं भी करता जावा करते ने मेरे पैगंबर
والسلام نے فرمایا الغیبت و شد من الزنا. آقا علیہ الصلوۃ والسلام فرماتے ہیں غیبت کا گناہ زیادہ زنا کو بھی زیادہ ہے, بدکاری کو بھی زیادہ ہے. آقا علیہ الصلوۃ والسلام تھوڑے آگے چلنے میں کچھ لوگ ایسے بھی نظر آئے نے جڑے اپنے سر کے لکڑیاں کا کٹھڑا اٹھاتے ہیں لیکن انہوں کو چکے نہیں جاتے, پھر انہوں تھلے رکھتے ہیں, اس کے اندر لکڑیاں اور جمع کرتے ہیں اور پھر اس کو اٹھانے کی کوشش کرتے ہیں لیکن اپنی طاقت لان کے باوجود اس کو اٹھا نہیں سکتے. حضرت جبریل کو پوچھا یہ کون لوگ نے, آقا علیہ الصلوۃ والسلام سے آ گیا آپ کی امت کے وہ لوگ نے جنہ کے سر کے اوپر لوگوں کے حقوق واجب ادا نے اور ان کو لوگوں کی امانت پیدا ہوئی نے. پہلے لوگ کا دے حق ادا نہیں کرتے تھے اور بوجھ اپنے سروں پہ سوار کر جاتے ہیں. آقا علیہ الصلوۃ والسلام تھوڑے آگے بڑھے, کچھ لوگ ایسے نظر آئے جنہ کے پیٹ بہت بڑے 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 نظر آ رہے سن اور حدیث پاک کے اندر آتا ہے انہوں نے پیٹ اتنے بڑے بڑے نظر آ رہے سن جتنا بڑا دنیا کے اندر کسی کا مکان ہوتا ہے اتنا بڑا انہوں کا پیٹ نظر آ رہا ہے اور باہوں ویکھے انہوں نے پیٹ کے اندر سپ کے پچھو چلتے نظر آ رہے ہیں. میرے آقا علیہ الصلوۃ والسلام نے پوچھا جبریل یہ کون لوگ نے, حضرت جبریل نے دسیا یا رسول اللہ صلی اللہ علیہ وسلم یہ آپ کی امت کے وہ لوگ نے جڑے دنیا کے اندر سود کھاتے نے حرام مال کھاتے نے, سود کھان تو باز نہیں آتے. اور ایک حدیث پاک کے اندر آتا ہے کلمہ شہادت میدان ہوئے گا جڑے لوگ سود کھان والے ہون گے اللہ قبروں میں اٹھائے گا اور اٹھا کے انہاں دی حالت معاشرے دے میدان دے اندر ایسی بنا دے گا جس طرح کسی نے جن چمڑے ہون اس دے سایہ ہویا ہوئے. اسیب زدہ لوگ ہوندے نے اس قسم دی حالت دنیا والیاں دے نظراں دے سامنے اللہ انہاں دی کرا کے انہاں نوں ذلیل کر دے گا. اللہ اکبر کبیرہ. تھوڑے اگے چل دے گئے میرے آقا علیہ الصلوۃ والسلام نے ویکھیا کچھ لوکاں دیاں زباناں تے ہونٹ کٹے جا رہے نے. حضرت جبریل کو لو پوچھا اے کون لوگ نے, آقا علیہ الصلوۃ والسلام نے دسیا گیا آپ دی امت دے او لوگ نے جڑے لوکاں نوں خود تے دین دی دعوت دیندے نے, لوکاں نوں اسلام دی دعوت دیندے نے, لوکاں نوں نیک کماں دی دعوت دیندے نے لیکن خود اس تے عمل نہیں جے کردے. اللہ اکبر کبیرہ. تھوڑے اگے چلے میرے آقا علیہ الصلوۃ والسلام نے ویکھیا کچھ لوکاں دے سامنے تازہ تے زبردست قسم دا گوشت ہانڈی دے اندر پکیا پیا ہے لیکن او اس نوں نہیں کھاندے, مردار دا گوشت کٹ کٹ کے تے گندا تے بدبودار گوشت کھانا پسند کردے نے. میرے آقا علیہ الصلوۃ والسلام نے پوچھا یا رسول اللہ اے جبرائیل اے دس نظر اے کون لوگ نے تازہ تے پکیا ہوا گوشت کھانا پسند نہیں کردے, ہانڈی پکی ہوئی ہے لیکن ہانڈی نوں کھانا برداشت نہیں کردے. اسی بھی ہانڈیاں پکاندے ہیں ویاہ تے اگے پیچھے ویاہ ہو رہے نے ہانڈی پکی ہے دعوت پکی آ جاؤ دعا کرو اللہ سنت طریقے دے مطابق یہ دعوت پکان تے کھلان دی توفیق عطا فرمائے. اج یہ بھی بڑی مصیبت ہے, اج یہ بھی بڑی مصیبت ہے کہ باقی سارے رسم و رواج ہوں گے لیکن پورے اس شادی بیاہ والے پروگرام کے اندر سنت نام کی چیز نہیں ہوئی. یہ بڑی ساڈے اوپر سمجھ لو نوسط پئی ہوئی, سارے کام کران گے سنت طریقے دے مطابق, کوئی ایک کام کرن واسطے کوئی بھی ایک کام کرن نوں تیار نہیں. اس واسطے دوستو بزرگو کام وہ چنگا ہوندا ہے جڑا آقا علیہ الصلوۃ والسلام دے طریقے دے مطابق کیتا جائے. ٹھیک ہے خرچ کرو اپنی وسعت دے مطابق کھل کے خرچ کرو لیکن کم سے کم اس خرچ کرن دے اندر اور اس اپنے پروگرام نوں سجان دے اندر آقا علیہ الصلوۃ والسلام کی سنت کے خلاف ورزی نہ کیتی جائے. نبی پاک صلی اللہ علیہ وسلم کی ساری زندگی سارے سامنے بارہ آقا علیہ السلام نے پوچھا کہ کون لوگ نے جڑے لوگ تازہ اور زبردست قسم کا پکیا ہوا گوشت چھڑ کے بدبودار اور کچا گوشت کھانا پسند کرتے ہیں, حرام شہ کا گوشت کھانا پسند کرتے ہیں.
حضرت جبرائیل علیہ الصلوۃ والسلام نے دسیا یا رسول اللہ صلی اللہ علیہ وسلم اے آپ دی امت دے او لوگ نے جنہاں نوں رب نے حلال تے پاکیزہ بیویاں عطا کیتیاں نے لیکن اس دے باوجود اے حرام نوں مانتے نے خیر اور نظر اٹھاندے نے خیر عورت نوں پسند کردے نے بیوی دے نال تعلق اچھا نہیں خیر غربت لے آتا ہے زانی آدمی سکون نہیں لیتا وقتی طور سے دولت ہوئے گی لیکن لٹا لٹا کے اس نوبت تے پہنچے گا کہ غریب ہو جائے پھر اس کو کوئی منہ نہیں لائے گا اس کو پیسہ نظر آئے سلام کر دیا نے غلط عورتاں لیکن گھر کی جڑی پاک دامن عورت بیوی ہے کوئی خوشحالی ہوئے یا تک دستی ہوئے ہر حال کے اندر اپنے شوہر کو سلام کر عزت کی نگاہ میں لیکن ساڑھے تو اٹھے گھران دے اندر معاملات ہو رہی نظر آ رہے نے دوستہ حباب دے نال تے بڑے اچھے تعلق قات نے گھر دے اندر بیوی بچے دے نال کوئی محبت والا تعلق نہیں بچہ گل کرے انہوں غصے دے نال بلانے ہاں بیوی نال غصے نال گل کرتے ہاں کوئی دوست آ جائے تو جی جی کر کے کہتے ہیں پھر گھران دے اندر سکون کیسا آئے گا تاڑی دو ہاتھ نہ بچ گئی اسی کہنے نہیں نیلا ہی عورت کا قصور نیلا ہوتا قصور نہیں ہوتا اکثر حالات کے اندر خاوند بھی اپنا قصور ہوتا خاوند اپنے حقوق ادا کرے بھی اپنے ادا کوشش تو کرے لیکن اسی کوشش ہور طریقے نہ کرنے ہیں یہ طریقہ نہیں ہے جڑا اسی طریقہ بنایا ہوا اسی چاہتے کہ ساری محکوم ہو کے رہے ساری کوئی گل دے کے کوئی شہ نہ ہو یعنی اسی جابر اور ظالم بن کے گھر کے اندر رہیے ساڈے کے کوئی چوں چلا نہ دوستو بزرگو گھر کے معاملات بھی اللہ کے ہاں پیش کیتے جان کے سوال جواب ہو میرے باپ پیغمبر صلی اللہ علیہ وسلم نے فرمایا خیرکم خیرکم لاہلہ فرمایا تواڈے چ بہترین بندہ ہوئے جڑا اپنے گھر والے دے حق دے اندر اچھا ہے اور فرمایا انا خیرکم لاہلہ یاد رکھو میں اپنے گھر والے دے حق دے اندر سب تو بہتر آقا علیہ السلام کی پوری زندگی باہر والی زندگی گھر والی زندگی تواڈے میرے سامنے موجود ہے اس کو دیکھ کے اسی اپنی گھر کو خوشحال بنا سکتے لیکن جے کہیے ٹی وی تے ڈرامے ویکھ کے گھروں کو خوشحال بناواں گے اے سوچ پھر ذہن چوں کڈ دے کہ ٹی وی بھی ویکھیے ٹی وی دے اندر ویکھیے کہ فلانی عورت یا فلانا خاوند اپنے گھر نوں کیویں سیدھا کردا پیا ہے اسی اسی طریقے نال سیدھا کریے کسی دا رشتہ نہیں ہو رہا دیکھیے ٹی وی فلماں دے اندر کیویں رشتہ ہو رہا اتے اس طریقے کریے پھر ذلت اور بربادی ہلاکت لڑائی جھگڑے ہون گے لیکن امن سکون خوشحالی کدی نہیں آ سکتی ساڈا تہاڈا مزاج بن گیا ہے ندیاں دے نام تے صحابہ دے نام تے نام ہی رکھنا پسند نہیں ٹی وی سنڈے میگزین اور فلمی اداکاراں دے ناماں تے نام رکھنے اسی نویں نویں نام لگ رہے ہاں کہ اوہدا تے نام رکھیے لیکن صحابی یا پھر کسی نبی دا نام رکھن واسطے اسی کہنے یار بڑا اوکھا جیا نام یہ تے زبان تے نہیں چڑھدا جس نوں صحابہ دے نام اوکھے لگن اوہ پھر دین تے چلنا بھی اوکھا لگے اوہ نماز پڑھنی بھی اوکھی کیوں صحابہ نے نماز بھی پڑھی میرے آقا علیہ السلام نے نماز بھی پڑھی جن آقا علیہ السلام کو سلام کی کلمات اوکھیاں لگدیاں نے وہ کدی بھی پھر سوکھا نہیں ہو سکتا سوکھا ہونا ہے کہ آقا علیہ السلام کے طریقے سے چلنا ہر شے سوکھی ہے اور قرآن اور دین سوکھا ہے دین تے عمل کرنا خدا دی قسم انتہائی سوکھا ہے کدی کوئی اس تے عمل کر کے تو ویکھے جنہوں نے کیتا انہوں نے پوچھ کے ویکھو کہ کتنی اللہ تبارک و تعالیٰ نے آسانیاں پیدا کی غرض ہے کہ دوستو بزرگو میں عرض کر رہا سا اللہ کریم نے آقا علیہ السلام اس سفر معراج دے اندر یہ چند چیزاں دکھائیاں میں اس معاملے کو اتنے بند کرنا وا اگے دی گل کرنا آقا علیہ السلام کیوں دکھایا تاکہ امت نو جا کے دسیا اور امت نو پتہ چلے کہ گناہ کتنے سخت ہیں اور اللہ کریم انہاں کماں دے کتنے ناراض ہوندے ہیں سود تو بھی سانوں باز آنا چاہیے اور زنا جھوٹ
धोखा और इसी तरीके दोस्तों बुजुर्ग को लोगों के हाथ खाने नमाज के अंदर सुस्ती करनी ये सारे कामों को बचना हर मुसलमान वास्ते इंतहाई जरूरी है। गीबत को बचना हर मुसलमान वास्ते इंतहाई जरूरी है। और तेरा मेरा कौन तेरा मेरा अमल एक हो। मुसलमान अगर कहते कि मैं मुसलमान वो शक्ल तो अमल तो नजर आवे के बाद में मुसलमान जा रहा जुबान तो मेरी कवे मैं मुसलमान और मेरा तेरा अमल बसेना के मुसलमान के कौन ये कई सारे गैर मुसलिम के बयान किताबों के अंदर रिकॉर्ड के अंदर मौजूद है। कहते हैं असं की करिए सानू कोई फर्क तो नज़र आता नहीं। असी अगर ईसाई हाँ असी दाड़ियाँ नहीं रखते असी शराब पीते हैं मुसलमानों को देखते हैं कि भी शराब पीते ने इन्हों की दाड़ियाँ को नहीं साढ़े इन्हें अंदर फर्क की असी कड़ी शायद देख के कही कि मुसलमान साढ़े तो चंगे। बजुर्ग कहते हैं जो गैर किताबों का मुताला करता है कुरान तो कुरान की तफसीर का मुताला करता है ना उसका दिल करता है कि मैं मुसलमान हूँ। वो मुताले तो बाद मुशाहदा करना चाहता है कि मैं वो लोग देखा कि जिन्हें सिफत कुरान के अंदर मजबूर ने लेकिन जो उन्होंने यानी मुसलमानों आके अपनी अखा देखता है तो वह कहता यार ये लोग ने मैं तो कुछ होर पढ़िया ये तो कुछ होर नज़र आ रहे हैं। बुजुर्ग फरमाते ने असी गैर दे इस्लाम लिया के अंदर रुकावट बन चुके। इस वास्ते दोस्त बुजुर्ग असी कोशिश करिए कि सामू कोई देखने वाला कम से कम गैर ये तो कह सके नहीं यार मुसलमान जा साड़ी शक्ल तो दसे कि मुसलमान है गैर की शक्ल दस दिए ईमानदार ने दसो इतने भी सिख नज़र आ जाए फौरन असी कहें नहीं भाई सिख जा रहे फौरन कहें क्यों उसकी शक्ल दस रही है वो चेहरे की बनावट दस रही है। तो साडा कोई मुसलमान हर बंदा नहीं ऐसे है भी नहीं अल्लाह वाले जिन्होंने रब ने इतना सारा कमाल अता किया है कि लोग उन्होंने देख के मुसलमान हो रहे हैं लेकिन आम हालात की गल कर रहे हैं आम हालात के अंदर मुसलमान चलता जाए गैर के मजमे के अंदर जाए तो गैर कह सकता है देख के मुसलमान जाए कोई फर्क नहीं है। पेंट टाई उन्हें भी लाई हुई साढ़े मुसलमान ने भी लाई हुई मैं अगे भी बार दफा करता रहना साडा मेयार इतना गिर गया कि असी गैर की गल मन वास्ते फौरन तैयार लेकिन आपका सलाम की तालीमात को अपनाने वास्ते जल्दी तैयार नहीं होते। मौलाना इत्तेशामुल हक थानवी रहमतुल्लाह अलैह अपने खुतबे के अंदर इरशाद फरमा रहे सन उन्होंने फरमाया मुसलमानों अपने हालात पर गौर करो आपका सलाम ने कहा अपने इजार तहबंद अपने पजामे टखनिया तो उच्चे रखा करो सानू कोई परवाह ना हुई अब सी अपने टखने छुपा के रखे लेकिन जो अंग्रेज ने ऐसा लिबास लिया के दिता जिन्हें अंदर टखने तो उच्चे की होए सदर भी नंगा होया मुसलमान ने भज के उन्होंने कबूल कर ये पाओ जी ये फैशन है ये लिबास है ये बड़ी चंगी शायद ये फैशन होंगे जी अज के दौर का कुछ नहीं होंगे जी मुंडे ने कुछ नहीं गैरत मर गई साडा जवान बेटा घर के अंदर नंगा होके फिर रहा है तेरी मेरी बहन भी मौजूद है बेटी भी मौजूद है माँ भी मौजूद है उसके सामने ए हाथ पजामा पहन के फिर रहा है इसका सदर जाहिर हो रहा है लेकिन किसी को गैरत का कोई डर नहीं है। दिमाग कर रहे हैं साहब काली सलाम को सलाम ने देखा इन्हों लोगों को जेड़े जिना करने वाले ने कि हलाल चीज छोड़ के मुर्दार चीज को खाना पसंद कर रहे हैं अब खुद देख लिया जाए कि इस गंदे काम के अंदर कौन कौन मुबतला। खैर सफर चलता चलता मेरे आका अलैहि सलातु वस्सलाम को जिब्रील अलैहि सलातु वस्सलाम ने रस्ते के अंदर हर चीज का तारुफ दसिया फलानी जगह फलानी जगह अगे आका अलैहि सलातु वस्सलाम बैतुल मुकद्दस पर पहुंचे। ईमान वालों तवज्जो करना मेरे पाक पैगंबर सल्लल्लाहु अलैहि वसल्लम बैतुल मुकद्दस पहुंचने के करीब सन आका अलैहि सलातु वस्सलाम फरमाते हैं एक जगह पे पहुंचे बड़ी खूबसूरत वादी नजर आई हजरत जिब्रील अलैहि सलातु वस्सलाम बिलाल ने आका अलैहि सलातु वस्सलाम फरमाते हैं उठे मैं एक अजीब जी आवाज सुनी मैं पूछा किस की आवाज है मैंने दसिया गया ये जन्नत की आवाज है और जन्नत ऐलान कर रही है अल्लाह को फरियाद ते पुकार पई कर रही है अल्लाह सोने जेड़े मेरे अंदर आने के हकदार ने उन्होंने जल्दी जल्दी मेरे अंदर भेज दे। अल्लाह करीम ने फरमाया तेरे अंदर हर मुसलमान मर्द को हर मुसलमान औरत को तेरे अंदर मैं जरूर दाखिल कराँगा और जिस बंदे ने मेरे ते ईमान लिया मेरे नबियों ते ईमान लिया
ਚਾਰ ਦੇ ਵਿਰਾਮ ਤੇ ਬੜੀ ਬਦਨਾਮਾ ਆਬਾਦੀ ਨੂੰ ਵੇਖਿਆ ਜਿੱਥੇ ਵਹਿਸ਼ਤ ਵਹਿਸ਼ਤ ਖੌਫ ਹੀ ਖੌਫ ਨਜ਼ਰ ਆ ਰਿਹਾ ਹੈ। ਆਕਾ ਅਲੈਹਿਸ ਸਲਾਮ ਨੇ ਪੁੱਛਿਆ ਇਹ ਕਿਹੜੀ ਜਗ੍ਹਾ ਹੈ? ਹਜ਼ਰਤ ਜਿਬਰੀਲ ਨੇ ਦੱਸਿਆ ਇਹ ਵਾਦੀ ਜਹੰਨਮ ਦੀ ਰੱਬ ਨੇ ਤੁਹਾਨੂੰ ਦਿਖਾਈ ਹੈ। ਅੱਲਾ ਕਰੀਮ ਨੇ ਉੱਥੇ ਆਵਾਜ਼ ਵੀ ਸੁਣਾਈ, ਜਹੰਨਮ ਕਹਿੰਦੀ ਅੱਲਾ ਪਾਕ ਜਲਦੀ ਮੇਰੇ ਬੰਦੇ ਮੇਰੇ ਅੰਦਰ ਘੱਲ ਦੇ, ਮੈਨੂੰ ਜਲਦੀ ਭਰ ਦੇ, ਮੇਰੇ ਅੰਦਰ ਅੱਗ ਵੀ ਭੜਕ ਰਹੀ ਹੈ, ਛੋਲੇ ਵੀ ਉੱਠ ਰਹੇ ਨੇ। ਅੱਲਾ ਕਰੀਮ ਨੇ ਫਰਮਾਇਆ ਜਹੰਨਮ ਤੋਂ ਪਰੇਸ਼ਾਨ ਨਾ ਹੋ, ਤੇਰੇ ਅੰਦਰ ਹਰ ਕਾਫਿਰ ਮਰਦ ਔਰਤ ਨੂੰ ਦਾਖਲ ਕਰਾਂਗਾ ਜਿਹੜਾ ਮੇਰਾ ਇਨਕਾਰੀ ਹੋਏਗਾ, ਮੇਰੇ ਨਬੀਆਂ ਦਾ ਇਨਕਾਰੀ ਹੋਏਗਾ, ਆਖਰਤ ਦਾ ਇਨਕਾਰੀ ਹੋਏਗਾ, ਉਸਨੂੰ ਤੇਰੇ ਅੰਦਰ ਮੈਂ ਜ਼ਰੂਰ ਦਾਖਲ ਕਰਾਂਗਾ। ਅੱਲਾਹੁ ਅਕਬਰ ਕਬੀਰਾ। ਮੇਰੇ ਆਕਾ ਅਲੈਹਿਸ ਸਲਾਤੁ ਵਸਸਲਾਮ ਬੈਤੁਲ ਮੁਕੱਦਸ ਪਹੁੰਚੇ ਨੇ, ਹਜ਼ਰਤ ਜਿਬਰੀਲ ਅਲੈਹਿਸ ਸਲਾਤੁ ਵਸਸਲਾਮ ਅੰਦਰ ਲੈ ਕੇ ਗਏ। ਜਦੋਂ ਅੰਦਰ ਪਹੁੰਚੇ ਸਾਰੇ ਅੰਬੀਆ ਇੰਤਜ਼ਾਰ ਦੇ ਅੰਦਰ ਬੈਠੇ ਹੋਏ ਨੇ। ਹਜ਼ਰਤ ਜਿਬਰੀਲ ਅਲੈਹਿਸ ਸਲਾਤੁ ਵਸਸਲਾਮ ਨੇ ਔਰ ਮੇਰੇ ਆਕਾ ਅਲੈਹਿਸ ਸਲਾਤੁ ਵਸਸਲਾਮ ਨੇ ਮਸਜਿਦ ਦੇ ਅੰਦਰ ਦਾਖਲ ਹੋ ਕੇ ਦੋ ਰਕਾਤ ਨਮਾਜ਼ ਤਹੀਏਤੁਲ ਮਸਜਿਦ ਅਦਾ ਫਰਮਾਈ। ਉਸ ਤੋਂ ਬਾਅਦ ਹਜ਼ਰਤ ਜਿਬਰੀਲ ਅਲੈਹਿਸ ਸਲਾਤੁ ਵਸਸਲਾਮ ਨੇ ਉੱਥੇ ਅਜ਼ਾਨ ਦਿੱਤੀ। ਅਜ਼ਾਨ ਦੇਣ ਤੋਂ ਬਾਅਦ ਮੇਰੇ ਆਕਾ ਅਲੈਹਿਸ ਸਲਾਤੁ ਵਸਸਲਾਮ ਦੇ ਹੱਥ ਮੁਬਾਰਕ ਨੂੰ ਪਕੜਿਆ, ਆਪ ਤਲਵਾਰ ਨੂੰ ਪਕੜਿਆ ਔਰ ਆਪ ਨੂੰ ਮੁਸੱਲਾ ਇਮਾਮਤ ਤੇ ਲਿਆ ਕੇ ਖੜਾ ਕਰ ਦਿੱਤਾ। ਮੇਰੇ ਆਕਾ ਅਲੈਹਿਸ ਸਲਾਤੁ ਵਸਸਲਾਮ ਨੇ ਤਮਾਮ ਅੰਬੀਆ ਨੂੰ ਜਮਾਤ ਕਰਵਾਈ, ਇਹ ਮੁਬਤਦੀ ਵੀ ਆਲਾ ਤੇ ਅੱਗੇ ਇਮਾਮ ਵੀ ਆਲਾ। ਜਿਸ ਇਨਸਾਨ ਨੂੰ ਅੱਲਾ ਤਬਾਰਕ ਵਤਾਲਾ ਨੇ ਅਜ਼ਮਤਾਂ ਅਤਾ ਕੀਤੀਆਂ ਉਸ ਦੀ ਅਜ਼ਮਤ ਨੂੰ ਕੋਈ ਘਟਾ ਨਹੀਂ ਸਕਦਾ। ਮੇਰੇ ਆਕਾ ਅਲੈਹਿਸ ਸਲਾਤੁ ਵਸਸਲਾਮ ਇਨਸਾਨ ਜ਼ਰੂਰ ਨੇ ਲੇਕਿਨ ਸਾਰੇ ਇਨਸਾਨਾਂ ਤੋਂ ਆਲਾ ਇਨਸਾਨ ਨੇ। ਮੇਰੇ ਆਕਾ ਇਨਸਾਨ ਜ਼ਰੂਰ ਨੇ ਲੇਕਿਨ ਇਨਸਾਨਾਂ ਜੈਸੇ ਨਹੀਂ, ਇਨਸਾਨਾਂ ਜੈਸੇ ਨਹੀਂ। ਲੋਕ ਕਹਿੰਦੇ ਨੇ ਜੀ ਇਹ ਆਕਾ ਅਲੈਹਿਸ ਸਲਾਮ ਨੂੰ ਕਹਿੰਦੇ ਨੇ ਕਿ ਹਜ਼ੂਰ ਇਨਸਾਨ ਨੇ, ਇਹਦਾ ਮਤਲਬ ਇਹ ਹੋਇਆ ਕਿ ਹਜ਼ੂਰ ਨੂੰ ਆਪਣੇ ਵਰਗਾ ਹੀ ਸਮਝਦੇ, ਹਜ਼ੂਰ ਨੂੰ ਆਪਣੇ ਵਰਗਾ ਸਮਝਦੇ ਨੇ। ਲਾਇਆ ਅਲਹਮਦੁਲਿਲਾ ਇਹ ਗੱਲ ਨਹੀਂ ਦੋਸਤੋ ਬਜ਼ੁਰਗੋ, ਅੱਲਾਹ ਤਬਾਰਕ ਵ ਤਾਲਾ ਨੇ ਇਨਸਾਨ ਨੂੰ ਅਜ਼ਮਤ ਅਤਾ ਫਰਮਾਈ ਹੈ। ਕਿਸੇ ਨੂੰ ਯਕੀਨ ਨਾ ਆਵੇ ਨਾ, ਲੰਬੀ ਚੌੜੀ ਬਹਿਸ ਨਹੀਂ, ਇਸੇ ਵਾਕਿਆ ਮਿਰਾਜ ਦੇ ਸਫ਼ਰ ਨੂੰ ਵੇਖ ਲਵੇ। ਇੱਥੇ ਖਾਦਮ ਕੌਣ ਹੈ, ਮਖਦੂਮ ਕੌਣ ਹੈ? ਖਾਦਮ ਦਾ ਮਕਾਮ ਜ਼ਿਆਦਾ ਹੁੰਦਾ ਹੈ ਜਾਂ ਜਿਹਦੀ ਖਿਦਮਤ ਕੀਤੀ ਜਾ ਰਹੀ ਉਹ ਜ਼ਿਆਦਾ ਆਲਾ ਹੁੰਦਾ? ਹਾਂਜੀ, ਉਸਤਾਦ ਸ਼ਾਗਿਰਦ ਦੀ ਖਿਦਮਤ ਕਰਦੇ ਨੇ ਜਾਂ ਸ਼ਾਗਿਰਦ ਉਸਤਾਦਾਂ ਦੀ ਖਿਦਮਤ ਕਰਦੇ ਨੇ? ਉਹ ਦੱਸੋ ਤੁਸੀਂ ਵੀ ਹੋਰ ਸ਼ਾਗਿਰਦ ਖਿਦਮਤ ਕਰਦੇ ਨੇ ਜਾਂ ਉਸਤਾਦ ਸ਼ਾਗਿਰਦ ਕਰਦੇ ਨੇ? ਅੱਲਾਹ ਤਬਾਰਕ ਵ ਤਾਲਾ ਨੇ ਮੰਜ਼ਰ ਦਿਖਾਇਆ ਕਿ ਜਿਬਰਾਈਲ ਅਲੈਹਿਸ ਸਲਾਤੁ ਵਸਸਲਾਮ ਹਜ਼ੂਰ ਦੀ ਖਿਦਮਤ ਦੇ ਅੰਦਰ ਚੱਲ ਰਹੇ ਨੇ, ਜਿਬਰੀਲ ਬਤੌਰ ਖਾਦਮ ਦੇ ਨਾਲ ਚੱਲ ਰਹੇ ਨੇ। ਅਗਰ ਇਨਸਾਨ ਅਜ਼ਮਤ ਵਾਲਾ ਨਾ ਹੁੰਦਾ ਤੇ ਨੂਰੀਆਂ ਦਾ ਸਰਦਾਰ ਮੇਰੇ ਆਕਾ ਦਾ ਖਾਦਮ ਨਾ ਬਣਦਾ। ਨੂਰੀਆਂ ਦਾ ਸਰਦਾਰ ਨੂੰ ਰੱਬ ਨੇ ਖਾਦਮ ਬਣਾ ਕੇ ਦੱਸ ਦਿੱਤਾ ਕਿ ਇਨਸਾਨ ਦੀ ਅਜ਼ਮਤ ਜ਼ਿਆਦਾ ਹੈ, ਨੂਰੀ ਦੀ ਅਜ਼ਮਤ ਉਸ ਤੋਂ ਕੰਮ ਹੈ, ਝਗੜਾ ਹੀ ਕੋਈ ਨਹੀਂ ਇਸ ਦਿਨ ਦਾ। ਮੇਰੇ ਪਾਕ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਮੇਰਾਜ ਤੇ ਗਏ, ਮੈਂ ਇੱਥੇ ਗੱਲ ਖਤਮ ਕਰ ਰਿਹਾ ਮੁਹੰਮਦ ਮੁਖਤਸਰੇ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਤਮਾਮ ਅੰਬੀਆ ਦੀ ਇਮਾਮਤ ਕਰਵਾਈ, ਤਮਾਮ ਅੰਬੀਆ ਦੀ ਇਮਾਮਤ ਕਰਵਾਈ ਔਰ ਅੱਲਾਹ ਤਬਾਰਕ ਵ ਤਾਲਾ ਨੇ ਦੱਸ ਦਿੱਤਾ ਕਿ ਜਿਸ ਪੈਗੰਬਰ ਨੂੰ ਮੈਂ ਨਬੀਆਂ ਦਾ ਇਮਾਮ ਬਣਾਇਆ ਹੈ ਅੱਜ ਦੁਨੀਆ ਆਪਣੀ ਅੱਖਾਂ ਦੇ ਨਾਲ ਵੀ ਵੇਖ ਲਵੇ, ਉਸ ਪੈਗੰਬਰ ਨੇ ਨਬੀਆਂ ਦੀ ਨਮਾਜ਼ ਦੇ ਅੰਦਰ ਇਮਾਮਤ ਵੀ ਕਰਾ ਦਿੱਤੀ। ਮੁਸੱਲਾ ਇਮਾਮਤ ਮੇਰੇ ਪੈਗੰਬਰ ਨੇ ਕੀਤੀ। ਆਕਾ ਅਲੈਹਿਸ ਸਲਾਤੁ ਵਸਸਲਾਮ ਮਿਰਾਜ ਤੇ ਗਏ ਔਰ ਮਿਰਾਜ ਆਕਾ ਅਲੈਹਿਸ ਸਲਾਤੁ ਵਸਸਲਾਮ ਦਾ ਸਭ ਤੋਂ ਬੜਾ ਮੌਜੂਜ਼ ਹੈ ਔਰ ਐਸਾ ਮੌਜੂਜ਼ ਹੈ ਕਿ ਇਸ ਦੇ ਮਿਸਾਲ ਕੋਈ ਦੁਨੀਆ ਪੇਸ਼ ਨਹੀਂ ਕਰ ਸਕਦੀ। ਮੇਰੇ ਆਕਾ ਅਲੈਹਿਸ ਸਲਾਤੁ ਵਸਸਲਾਮ ਹੀ ਇਸ ਮਿਰਾਜ ਤੇ ਗਏ, ਕੋਈ ਹੋਰ ਨਬੀ ਕੋਈ ਵਲੀ ਇਸ ਮਕਾਮ ਤੇ ਨਹੀਂ ਪਹੁੰਚਿਆ। ਥਾ ਕਿਸ ਕੋ ਯਕੀਨ ਕਿ ਹਰੀ ਮਾਂ ਕੀ ਗੋਦੀ ਕਾ ਯਕੀਨ ਅਰਸ਼ ਤੱਕ ਜਾਏਗਾ ਮੇਰਾਜ ਕਾ ਦੁਲਹਾ ਹੋਗਾ। ਥਾ ਕਿਸ ਕੋ ਯਕੀਨ ਕਿ ਹਰੀ ਮਾਂ ਕੀ ਗੋਦੀ ਕਾ ਯਕੀਨ ਅਰਸ਼ ਤੱਕ ਜਾਏਗਾ ਮੇਰਾਜ ਕਾ ਦੁਲਹਾ ਹੋਗਾ। ਸ਼ਬ-ਏ ਅਸਰਾ ਉਨ ਇੱਕ ਵਾਰ ਜਗਾਨੇ ਕੇ ਲੀਏ ਦਿਲ ਜਿਬਰੀਲ ਵੀ ਸੋ ਜਾਨ ਸਹਿਰਜ਼ਾ ਹੋਗਾ। ਸੋਚਤਾ ਹੂੰ ਵੋ ਉਮ ਮੁਸਤ ਜਬ ਉਠੀ ਹੋਗੀ ਚਾਂਦ ਵੀ ਫੁਲਕ ਪੇ ਕਿਸ ਵਜਨ ਮੇਂ ਤੜਪਾ ਹੋਗਾ। ਸ਼ਫਾਅਤ ਕੇ ਲੀਏ ਜਬ ਹਸ਼ਰ ਮੇਂ ਆਏਗੇ ਹਜ਼ੂਰ, ਹਸ਼ਰ ਇੱਕ ਔਰ ਹੀ ਉਸ ਹਸ਼ਰ ਮੇਂ ਤੜਪਾ ਹੋਗਾ। ਇਸੀ ਲੀਏ ਜੰਨਤ ਮੇਂ ਅਵਧ ਤੱਕ ਹੈ ਬਹਾਰੇ ਨਾਜ਼ੁਕ, ਉਸਨੇ ਹੁਜਰੇ ਆਇਸ਼ਾ ਕਾ ਕਹੀਂ ਖਾਬ ਸਦੇ ਕਾ ਹੋ।
نبی صلی اللہ علیہ وسلم کی تعلیمات پہ عمل کرنے کی توفیق نصیب فرمائے. انشاءاللہ بیت المقدس سے عرش تک کا سفر انشاءاللہ اللہ نبی عرض کریں گے. اللہ کریم ہم سب کو امام الانبیاء صلی اللہ علیہ وسلم کی سیرت کو اپنانے کی توفیق عطا فرمائے. اللہ تبارک و تعالی نے نبی پاک صلی اللہ علیہ وسلم کی سیرت کے ہر پہلو میں میرے آپ کے لیے نہ ختم ہونے والی بلائیں رکھی, اور اس معراج کا سب سے بڑا تحفہ نماز, سب سے بڑا تحفہ نماز ہے. اور اللہ تبارک و تعالی نے اور بھی تحفے عطا فرمائے انشاءاللہ ان کا ذکر ہوگا. تو اس تحفہ نماز کو ہم یاد رکھیں, جیسے ہم گفٹ سنبھال کے رکھتے ہیں نا, یا ہمارے استاد نے صدر نے فلاں نے گفٹ دیا ہے, اس کو ہم ضائع نہیں ہونے دیتے, جلدی بچوں کے ہاتھ نہیں لگنے دیتے, اس کو ضائع ہونے سے بچاتے ہیں. تو جو اللہ کریم نے محبوب کو پاس بلا کے امت کے لیے نمازوں کا تحفہ دیا, ہم اس کو ضائع کریں کتنے ضرورت کی بات ہے. اللہ کریم ہم سب کو پانچ وقت کے پکے نماز بنائے.